ਡਰੱਗ ਤਸਕਰ ਜਗਦੀਸ਼ ਪੋਲਾ ਨੇ ਅੱਜ ਇੱਕ ਵੱਡਾ ਖੁਲਾਸਾ ਕੀਤਾ ਹੈ। ਮੁਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਜਗਦੀਸ਼ ਪੋਲਾ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਦੋਸ਼ੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਗਦੀਸ਼ ਪੋਲਾ ਕਈ ਵਾਰ ਦਾਅਵਾ ਕਰ ਚੁੱਕਿਆ ਹੈ ਕਿ ਡਰੱਗ ਤਸਕਰੀ ਵਿੱਚ ਪੰਜਾਬ ਦੇ ਕੁਝ ਆਗੂਆਂ ਦਾ ਵੀ ਹੱਥ ਹੈ। ਉਧਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਗੱਲ ਤੋਂ ਟਾਲਦੇ ਹੋਏ ਨਜ਼ਰ ਆਏ। ਤੁਹਾਨੂੰ ਫਿਰ ਦੱਸ ਦਈਏ ਕਿ ਡਰੱਗ ਤਸਕਰ ਜਗਦੀਸ਼ ਪੋਲਾ ਨੇ ਅੱਜ ਇੱਕ ਵੱਡਾ ਖੁਲਾਸਾ ਕੀਤਾ ਹੈ। ਮੁਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਜਗਦੀਸ਼ ਪੋਲੇ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਦੋਸ਼ੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਗਦੀਸ਼ ਪੋਲਾ ਕਈ ਵਾਰ ਦਾਅਵਾ ਕਰ ਚੁੱਕਿਆ ਸੀ ਕਿ ਪੰਜਾਬ ਸਰਕਾਰ ਦੇ ਕਈ ਕੈਬਨਿਟ ਮੰਤਰੀ ਇਸ ਰੈਕਟ ਵਿੱਚ ਸ਼ਾਮਲ ਨੇ। ਉੱਧਰ ਜਦੋਂ ਇਸ ਸੰਬੰਧੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਮਾਮਲੇ ਤੋਂ ਪੱਲਾ ਝਾੜਦੇ ਹੋਏ ਨਜ਼ਰ ਆਏ। ਚਾਲੀ ਦਿਨ ਸੀ ਇਸ ਸਟਾਫ ਦੇ ਵਿੱਚ ਰਹੇ ਜਦੋਂ ਮਜੀਠੀਆ ਸਾਹਿਬ ਦਾ ਨਾਂ ਆ ਜਾਂਦਾ ਸੀ ਉਦੋਂ ਬਾਅਦ ਬੰਦ ਹੋ ਜਾਂਦੇ ਮਜੀਠੀਆ ਬਿਕਰਮਜੀਤ ਮਜੀਠੀਆ ਆਪ ਸੀਧਾ ਨਾਮ ਲੈ ਰਹੇ ਹਾਂ ਪੰਜਾਬ ਸਰਕਾਰ ਨੇ ਉਹ ਮੰਤਰੀ ਹੈ ਨਹੀਂ ਲੈ ਰਹੇ ਹਾਂ ਤਾਂ ਮੈਂ ਸਹੀ ਨਾਮ ਲੈ ਰਿਹਾ ਨਾ ਉੱਥੇ ਸੀ ਆਈ ਸਟਾਫ ਦੇ ਵਿੱਚ ਆਉਂਦਾ ਸੀਗਾ ਉਹ ਤੋਂ ਬਾਅਦ ਬੰਦ ਹੋ ਜਾਂਦਾ ਅੱਗੇ ਪੁਲਿਸ ਗੱਲ ਨਹੀਂ ਕਰਦੇ ਕਾਰਵਾਈ ਕੋਈ ਨਹੀਂ ਪਾਉਂਦੀ ਸੀ ਆਈ ਸਟਾਫ ਮੈਂ ਬਿਕਰਮਜੀਤ ਸਿੰਘ ਮਜੀਠੀਆ ਖੁਦ ਆਏ ਆਪਕਾ ਕਹਿਣਾ ਹੈ ਨਹੀਂ ਨਹੀਂ ਉਹ ਫੋਨ ਕਰਦੇ ਸੀ ਮੈਨੂੰ ਸਾਹਿਬ ਸਾਹਿਬ ਆਹ ਮੈਨੂੰ ਲੱਗਦਾ ਹੈ ਨਵਾਂ ਇੱਕ ਪੋਲੀਟੀਕਲ ਐਂਗਲ ਸ਼ੁਰੂ ਹੋ ਗਿਆ ਜੇ ਅਸੀਂ ਤਾਂ ਫੰਡ ਵਾਲੇ ਉਹਨੂੰ ਫੰਡ ਵਾਲਾ ਕੌਣ ਹੈ ਅਸੀਂ ਜੇ ਸਾਡੀ ਕੋਈ ਸਪੋਰਟ ਹੁੰਦੀ ਫਿਰ ਅਸੀਂ ਫੜਦੇ ਇਟ ਇਜ਼ ਨਾਓ ਵਾਂਟ ਟੂ ਹਾਈਲਾਈਟ ਜਾਣ ਕੇ ਲੋਟ ਆਫ ਇੰਟਰਸਟ ਆਫ ਕਮ ਇਨ ਕਿ ਕਿਵੇਂ ਨਾ ਕਿਵੇਂ ਸਾਡੀ ਸਰਕਾਰ ਦੇ ਖਿਲਾਫ ਕੀਤਾ ਜਾਏ ਪਹਿਲੇ ਤਾਂ ਬੋਲਿਆ ਨਹੀਂ ਹੁਣ ਉਹਦੇ ਬਾਅਦ ਦੇਰ ਇਜ਼ ਅ ਫੁੱਲ ਇਟ ਲੁਕਸ ਲਾਈਕ ਅ ਪ੍ਰੋਪਰ ਪਲੈਨਿੰਗ ਗੋਇੰਗ ਔਨ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦੇਖਾਂਗੇ ਯੂਟਿਊਬ ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।